ਦੀ ਸਫਾਈ ਪੈਰੀਓਡੋਂਟਿਕਸ ਡਿਪਾਰਟਮੈਂਟ ਹੈ ਜਿੱਥੇ ਮਸੂੜਿਆਂ ਦੀ ਸਫਾਈ ਦੰਦਾਂ ਦੀ ਸਫਾਈ ਔਰ ਛੋਟੇ ਮੋਟੇ ਸਰਜੀਕਲ ਪ੍ਰੋਸੀਜਰ ਜਿਹਦੇ ਕੋ ਤੁਹਾਡੇ ਦੰਦ ਦੇ ਵਿੱਚ ਬੋਨ ਛੋਟੀ ਮੋਟੀ ਜੀ ਸਕੇਲਿੰਗ ਔਰ ਥੋੜ੍ਹੀ ਬਹੁਤ ਕਿਧਰੇ ਬੋਨ ਲੋਸ ਹੋਈ ਹੋਵੇ ਅਤੇ ਉਹਦੀ ਸਰਜਰੀ ਛੋਟੀ ਮੋਟੀ ਕਰਕੇ ਅਤੇ ਰਿਪੇਅਰ ਕਰਦੇ ਨੇ ਇਸ ਡਿਪਾਰਟਮੈਂਟ ਦੇ ਵਿੱਚ ਕੋਈ ਤਕਰੀਬਨ 14 ਦੇ ਕਰੀਬ ਯੂਨਿਟਸ ਨੇ ਔਰ ਹੈਡਿਡ ਬਾਈ ਅਸਿਸਟੈਂਟ ਪ੍ਰੋਫੈਸਰ ਹਾਂਜੀ ਔਰ ਸਾਰੇ ਜਿਹਦੇ ਹਾਂਜੀ ਡਾਕਟਰ ਸਾਹਿਬ ਕੀ ਤੁਸੀਂ ਮਤਲਬ ਕਿ ਕੀ ਕੰਪੇਅਰ ਕਰਦੇ ਹੋ USA ਔਰ ਇੱਥੇ ਤੁਸੀਂ ਉੱਥੇ ਬਿਲਕੁਲ ਮਾਡਰਨ ਟੈਕਨੋਲੋਜੀ ਦੇ ਤਹਿਤ ਸਾਰਾ ਕੁਝ ਕਰ ਰਹੇ ਹੋ ਅਤੇ ਪੰਜਾਬ ਦੇ ਇਸ ਹਿੱਸੇ ਦੇ ਵਿੱਚ ਆ ਕੇ ਜਿੱਥੇ ਦੇ ਬਾਰੇ ਕਿਹਾ ਜਾਂਦਾ ਕਿ ਲੋਕਾਂ ਨੂੰ ਪਬਲਿਕ ਜਿਹੜੀ ਪਬਲੀਕੇਸ਼ਨ ਉਹਨਾਂ ਲਈ ਘੱਟ ਹੈ ਸ਼ੋਰ ਘੱਟ ਹੈ ਕੀ ਕਹੋਗੇ ਤੁਸੀਂ ਇਸ ਚੀਜ਼ ਦੇ ਬਾਰੇ ਆਪਾਂ ਨੂੰ ਸਭ ਨੂੰ ਪਤਾ ਕਿ ਗਮ ਡਿਜ਼ੀਜ਼ ਇੰਡੀਆ ਔਰ ਪਾਕਿਸਤਾਨ ਦੋ ਕੰਟਰੀਜ਼ ਦੁਨੀਆਂ 'ਚ ਸਭ ਤੋਂ ਵੱਧ ਹੈਗੀ ਹੈ ਇਸ ਕਰਕੇ ਆਪਾਂ ਉਸ ਡਿਪਾਰਟਮੈਂਟ 'ਚ ਖੜ੍ਹੇ ਹਾਂ ਜਿਹੜਾ ਸਭ ਤੋਂ ਮੋਸਟ ਇੰਪੋਰਟੈਂਟ ਡਿਪਾਰਟਮੈਂਟ ਆਪਣੇ ਡੈਂਟਲ ਸਕੂਲ ਦਾ ਹੈਗਾ ਕਿਉਂਕਿ ਜਿਹੜੇ ਦੰਦ ਹੈਗੇ ਉਹ ਮਸੂੜਿਆਂ ਦੇ ਵਿੱਚ ਹੀ ਵਧੀਆ ਰਹਿੰਦੇ ਆ ਔਰ ਐਜ਼ ਏ ਕਲਚਰ ਸਾਹਿਬ ਔਰ ਐਜ਼ ਏ ਕਲਚਰ ਆਪਾਂ ਲੋਕ ਬ੍ਰਸ਼ ਤਾਂ ਬਹੁਤ ਵਧੀਆ ਕਰਦੇ ਹਾਂ ਪਰ ਹਾਲੇ ਵੀ ਡੈਂਟਲ ਫਲੋਸ ਜਿਹੜੀ ਹੈਗੀ ਉਹਦਾ ਕਨਸੈਪਟ ਨਹੀਂ ਹੈਗਾ ਬਹੁਤ ਘੱਟ ਹੈਗਾ ਸੋ ਜਿੰਨੀਆਂ ਮਸੂੜਿਆਂ ਦੀ ਪ੍ਰੋਬਲਮਸ ਹੈਗੀਆਂ ਗਮ ਪ੍ਰੋਬਲਮ ਹੈਗੀਆਂ ਔਰ ਲੈਕ ਆਫ ਡੈਂਟਲ ਤੁਸੀਂ ਵੀ ਜਦੋਂ ਅਮਰੀਕਾ ਆਏ ਸੀ ਆਪਾਂ ਉਹਦੇ ਬਾਰੇ ਕਾਫੀ ਗੱਲ ਕੀਤੀ ਸੀ ਔਰ ਤੁਸੀਂ ਆਨਲਾਈਨ ਤੁਸੀਂ ਉਹ ਜਦੋਂ ਤੁਸੀਂ ਆਨਲਾਈਨ ਆਪਾਂ ਗਏ ਸੀਗੇ ਇੱਥੇ ਡੈਂਟਲ ਫਲੋਸ ਹਾਲੇ ਵੀ ਘੱਟ ਯੂਜ਼ ਕੀਤੀ ਜਾਂਦੀ ਹੈ ਇਸ ਕਰਕੇ ਜਦੋਂ ਵੀ ਪੇਸ਼ੈਂਟ 70 ਸਾਲ ਦੀ ਏਜ ਤੱਕ ਪਹੁੰਚਦਾ ਹੈ 80 ਤੱਕ ਪਹੁੰਚਦਾ ਹੈ ਉਹਦੇ ਦੰਦ ਨਿਕਲ ਜਾਂਦੇ ਆ ਉਸ ਤੋਂ ਬਾਅਦ ਡੈਂਚਰ ਚਲਾ ਜਾਂਦਾ ਪਰ ਜੇ ਆਪਾਂ ਡੈਂਟਲ ਆਹ ਡਿਪਾਰਟਮੈਂਟ ਨੂੰ ਸਟਰੋਂਗ ਕਰ ਲਈਏ ਪੈਰੀਓਡੋਂਟਿਕਸ ਡਿਪਾਰਟਮੈਂਟ ਨੂੰ ਉਹਦੀ ਰੈਗੂਲਰ ਪੇਸ਼ੈਂਟ ਦੀ ਸਕੇਲਿੰਗ ਜਿੱਦਾਂ ਸਾਡੇ ਉੱਥੇ ਸਾਲ 'ਚ 2 ਵਾਰੀ ਹੋਣੀ ਹੈ ਦੇਖੋ ਵਧੀਆ ਟੈਕਨੋਲੋਜੀ ਦੀ ਕਮੀ ਨਹੀਂ ਹੈ ਕੋਈ ਆ ਜਿਹੜਾ ਤੁਸੀਂ ਇੱਥੇ ਸਮਾਨ ਦੇਖ ਰਹੇ ਹੋ ਇਟਸ ਨੋ ਲੈਸ ਦੈਨ ਤੁਸੀਂ ਅਮਰੀਕਾ ਕੈਨੇਡਾ ਕਿਤੇ ਵੀ ਲੈ ਜਾਓ ਮੈਂ ਉਹੀ ਦੇਖ ਰਿਹਾ ਸਰ ਪਰ ਪ੍ਰੋਬਲਮ ਸਿਰਫ ਇਹ ਹੈਗੀ ਕਿ ਰੈਗੂਲਰ ਹਾਈਜੀਨ ਮੇਨਟੇਨੈਂਸ ਦਾ ਜਿਹੜਾ ਸਿਸਟਮ ਸਾਡੇ ਸਾਲ 'ਚ 2 ਵਾਰੀ ਹੈਗਾ ਹੁਣ ਇੱਥੇ ਆਪਾਂ ਗੱਡੀ 'ਚ ਮੇਨਟੇਨੈਂਸ ਕਾਰ ਦੀ ਕਰਾਉਣ ਜਾਂਦੇ ਇੱਥੇ ਰਾਈਟ ਆਪਾਂ ਸਾਰੇ ਆਪਣੇ ਕਾਰ ਦਾ ਤੇਲ ਫਿਲਟਰ ਚੇਂਜ ਕਰਾਉਂਦੇ ਹਾਂ ਇਵੇਂ ਜਿਹੜੇ ਇਨਸਾਨ ਦਾ ਮੂੰਹ ਹੈਗਾ ਇਹਦੇ ਵੀ ਸਾਲ ਦੀ 2 ਵਾਰੀ ਮਸੂੜਿਆਂ ਦੀ ਕਲੀਨਿੰਗ ਬਹੁਤ ਜ਼ਰੂਰੀ ਹੈ ਸਾਲ 'ਚ 2 ਵਾਰੀ ਉੱਦਣ ਹੀ ਨਹੀਂ ਆਪਾਂ ਡੈਂਟਿਸਟ ਕੋਲ ਜਾਣਾ ਨਹੀਂ ਤਾਂ ਫਿਰ ਤੁਹਾਨੂੰ ਦੂਜੇ ਡਿਪਾਰਟਮੈਂਟ ਜਾਣਾ ਪੈਣਾ ਜਿੱਥੇ ਆਪਾਂ ਦੇਖ ਕੇ ਦੰਦ ਨਿਕਲ ਰਹੇ ਖਲਿੰਗ ਹੋ ਰਹੇ ਰੂਟ ਕਨਾਲ ਭਾਈ ਜੀ ਉਸ ਲੋਕੀ ਆਮ ਧਾਗਾ ਯੂਜ਼ ਕਰਨ ਲੱਗ ਪੈਂਦੇ ਨੇ ਪਲੀਜ਼ ਤੁਸੀਂ ਥੋੜਾ ਇਹਨਾਂ ਪੰਜਾਬੀ ਚ ਦੱਸ ਦੇਣਾ ਧਾਗੇ ਬਾਰੇ ਦੱਸੋ ਨਹੀਂ ਆਪਣਾ ਆਮ ਧਾਗਾ ਵੀ ਕਰ ਸਕਦੇ ਤੁਸੀਂ ਯੂਜ਼ ਤੁਸੀਂ ਟੁੱਥਪਿਕ ਪਰ ਜਿਹੜਾ ਡੈਂਟਲ ਜਾਨਵਰ ਟੁੱਥ ਬ੍ਰਸ਼ ਹੈ ਜਿਹੜਾ ਆਪਣੇ ਮਾਊਥ ਵਾਸ਼ ਹੈ ਉਹ ਦੰਦ ਦੀ ਉਸ ਸਤਾ ਨੂੰ ਕਲੀਨ ਕਰਦੀ ਹੈ ਜਿਹੜੀ ਰੱਬ ਨੇ ਆਪ ਵੀ ਕਰ ਦੇਣੀ ਹੈ ਜਿਹੜੇ ਜਾਨਵਰ ਨੇ ਹੋਰ ਜਿਹਨੇ ਉਹ ਖਾਂਦੇ ਪੀਂਦੇ ਨੇ ਗੱਲ ਕਰਦੇ ਨੇ ਉਹ ਏਰੀਆ ਵੈਸੇ ਹੀ 2-3 ਘੰਟਿਆਂ ਬਾਅਦ ਸਵੇਰ ਨੂੰ ਕਲੀਨ ਹੋ ਜਾਂਦਾ ਪਰ 2 ਦੰਦਾਂ ਦੇ ਵਿਚਾਲੇ ਜਗ੍ਹਾ ਹੈਗੀ ਹੈ ਜਿਹੜੀ ਜਿੱਦਾਂ ਹੁਣੇ ਮੈਨੂੰ ਪ੍ਰੋਫੈਸਰ ਸਾਹਿਬ ਨੇ ਪਿੱਛੇ ਮੈਨੂੰ ਕਰਾਉਣ ਦਿਖਾਈ ਸੀ 2 ਜੁੜੇ ਹੋਏ ਸੀ ਮੇਰਾ ਕਰਾਉਣ ਨਾਲੋਂ ਪਹਿਲਾਂ ਇਹ ਧਿਆਨ ਜਾ ਰਿਹਾ ਸੀ ਕਿ ਜੇ ਆਪਾਂ ਉਸ ਪੇਸ਼ੈਂਟ ਨੂੰ ਫਲੋਸ ਨਹੀਂ ਦੇਵਾਂਗੇ ਵਿੱਚੋਂ ਉਹ 3-4 ਸਾਲਾਂ ਬਾਅਦ ਉੱਥੇ ਓਪਨ ਮਾਰਜਨ ਹੋਣਾ ਬੈਡ ਬ੍ਰੈਥ ਆਏਗੀ ਉਹ ਪੇਸ਼ੈਂਟ ਦਾ ਦੰਦ ਤੇ ਬਣ ਜਾਣਗੇ ਉਹਨੂੰ ਸਵਾਦ ਨਹੀਂ ਆਏਗਾ ਉਹਨੂੰ ਮੂੰਹ ਦਾ ਟੇਸਟ ਜਾਂ ਹੋਰ ਤਰ੍ਹਾਂ ਲੱਗੇਗਾ ਸੋ ਜਿਹੜੀ ਫਲੋਸ ਡੈਂਟਲ ਫਲੋਸ ਹੈਗੀ ਆ ਇਹਦੇ ਕਰਕੇ ਮੈਂ ਇੰਡੀਆ 'ਚ ਤਾਂ ਕਾਫੀ ਇਹਦੇ ਬਾਰੇ ਗੱਲਬਾਤ ਕਰ ਰਹੇ ਹਾਂ ਇੱਥੇ ਖੈਰ ਡੈਂਟਲ ਕਾਲਜ ਸੋ ਜੇ ਮੈਨੂੰ ਕੋਈ ਕਵੇ ਕਿ ਤੁਸੀਂ ਬਾਹਰ ਜਾ ਕੇ ਡੈਂਟਿਸਟਰੀ 'ਚ ਕੀ ਮਤਲਬ ਇਟਸ ਨੋਟ ਅਬਾਊਟ ਇਨਵਿਜ਼ਲਾਈਨ ਜਾਂ ਮਾਡਰਨ ਵੱਡੀ ਚੀਜ਼ ਨਹੀਂ ਸਿਰਫ ਡੈਂਟਲ ਫਲੋਸ ਹੀ ਆਪਾਂ ਇਸ ਡਿਪਾਰਟਮੈਂਟ 'ਚ ਐਡ ਕਰ ਦਈਏ ਆਮ ਸਟੋਰ ਤੋਂ ਲੈ ਕੇ ਲੋਕਾਂ ਨੂੰ ਇੱਥੋਂ ਹੀ ਸਿਖਾਉਣਾ ਸ਼ੁਰੂ ਕਰ ਦਈਏ ਬੱਚਿਆਂ ਨੂੰ ਕਿਉਂਕਿ ਜਦੋਂ ਇਹ ਡੈਂਟਲ ਸਟੂਡੈਂਟਸ ਬਾਹਰ ਜਾਣਗੇ ਨਾ ਜੀ ਇਹ ਸਟੂਡੈਂਟਸ ਨੇ ਅੱਗੇ ਆਪਣੇ ਲੋਕਾਂ ਨੂੰ ਦੱਸਣਾ ਹੈ ਕਿ ਤੁਹਾਡੇ ਦੰਦ ਸਾਰੇ ਕਲੀਨ ਹੋ ਗਏ ਪਰ ਬ੍ਰਸ਼ ਕਰ ਕੀਤਾ ਤੁਸੀਂ ਸਵੇਰੇ 2 ਮਿੰਟ ਪਰ ਤੁਸੀਂ ਉਹ ਜਗ੍ਹਾ ਕਲੀਨ ਹੀ ਨਹੀਂ ਕੀਤੀ ਜਿੱਥੇ ਬੈਕਟੀਰੀਆ ਰਹਿੰਦੇ ਨੇ ਉਹ ਬੈਕਟੀਰੀਆ ਐਨਰੋਬਿਕ ਹੁੰਦੇ ਨੇ ਉਹ ਥੱਲੇ ਜਾ ਕੇ ਮਸੂੜੇ ਦੇ ਉੱਥੇ ਰਹਿੰਦੇ ਨੇ ਜਿੱਥੇ ਉਹਨਾਂ ਨੂੰ ਆਕਸੀਜਨ ਦੀ ਲੋੜ ਨਹੀਂ ਹੈਗੀ ਉੱਥੇ ਨਾ ਮਾਊਥ ਵਾਸ਼ ਪਹੁੰਚਣਾ ਨਾ ਬ੍ਰਸ਼ ਪਹੁੰਚਣਾ 45 ਡਿਗਰੀ 'ਤੇ ਆਪਾਂ ਬ੍ਰਸ਼ ਕਰਦੇ ਨਹੀਂ ਹੈ ਸੋ ਆਈ ਕੀਪ ਰਿਪੀਟਿੰਗ ਫਲੋਸ ਐਂਡ ਅਗੇਨ ਅਗੇਨ ਕਿਉਂਕਿ ਤੁਹਾਡਾ ਚੈਨਲ ਪਾਕਿਸਤਾਨ 'ਚ ਬਹੁਤ ਚੱਲਦਾ ਹੈ ਤੁਹਾਨੂੰ ਪਾਕਿਸਤਾਨ ਇੰਡੀਆ 'ਚ ਲੱਖਾਂ ਲੋਕ ਦੇਖਦੇ ਆ ਕਰੋੜਾਂ ਲੋਕ ਦੇਖਦੇ ਆ ਮੈਂ ਇਸੇ ਲਈ ਤੁਹਾਨੂੰ ਉਹ ਧਾਗੇ ਦੇ ਬਾਰੇ 'ਚ ਕਹਿ ਰਿਹਾ ਨਾ ਕਿ ਜਿਹੜਾ ਕਿ ਮੈਨੂੰ USA ਜਾਣ ਤੋਂ ਪਹਿਲੇ ਉਸ ਧਾਗੇ ਦੇ ਬਾਰੇ 'ਚ ਬਿਲਕੁਲ ਨਹੀਂ ਤੁਸੀਂ ਰੈਗੂਲਰਲੀ ਦੇਖੋ ਕੋਈ ਵੀ ਚੀਜ਼ ਹੋਵੇ ਪੁਰਾਣੇ ਬਜ਼ੁਰਗ ਆਪਣੇ ਕੋਈ ਤਿੱਖੀ ਚੀਜ਼ ਲੈ ਕੇ ਵੀ ਦੰਦ ਦੇ ਵਿੱਚੋਂ ਕੱਢਦੇ ਸੀਗੇ ਕਈ ਵਾਰ ਉਹਨਾਂ ਨੂੰ ਨੁਕਸਾਨ ਹੋ ਜਾਂਦਾ ਸੋ ਡੈਂਟਲ ਫਲੋਸ ਤੁਸੀਂ ਰੈਗੂਲਰ ਧਾਗਾ ਵੀ ਯੂਜ਼ ਕਰ ਸਕਦੇ ਹੋ ਬਟ ਇਟਸ ਨਾਟ ਦ ਰਾਈਟ ਥਿੰਗ ਡੈਂਟਲ ਫਲੋਸ ਮੈਂ ਦੱਸਦਾ ਇੱਥੇ ਇੱਥੋਂ ਕਿਤੋਂ ਵੀ ਲੈ ਕੇ ਡੈਂਟਲ ਫਲੋਸ ਨੂੰ 2 ਦੰਦਾਂ ਦੇ ਵਿੱਚ ਯੂਟਿਊਬ 'ਤੇ ਦੇਖੋ ਦੇਖੋ ਆਪਾਂ ਇਹਨਾਂ ਦੋਨੋਂ ਕੰਟਰੀਜ਼ ਮੈਂ ਦੋਨੋਂ ਕੰਟਰੀਜ਼ ਕਰਕੇ ਕਹਿੰਦਾ ਮੈਂ ਪਰਸਨ ਮੇਰੀ ਆਫ ਇੰਡੀਆ ਹੈਗੀ ਹੈ ਦੋਨੋਂ ਕੰਟਰੀਜ਼ 'ਚ ਆਪਣੇ ਲੋਕ ਯੂਟਿਊਬ ਫੇਸਬੁੱਕ ਟਿਕਟੋਕ ਪਤਾ ਨਹੀਂ ਕਿਹੜੀ ਕਿਹੜੀ ਤੁਸੀਂ ਸਾਰੇ ਲੋਕ ਫੋਨ ਫੜ ਕੇ ਬੈਠੇ ਹੋਏ ਸਾਰੀ ਜਨਤਾ ਫੋਨ 'ਤੇ ਬੈਠੀ ਹੈ ਤਾਂ ਜੇ ਫੋਨ 'ਤੇ ਆਪਾਂ ਡੈਂਟਲ ਫਲੋਸਿੰਗ ਦੀ ਇੱਕ ਵੀਡੀਓ ਦੇਖ ਲਈਏ ਆਪਾਂ ਮਸੂੜਿਆਂ ਬਾਰੇ ਕੁਝ ਪੜ੍ਹ ਲਈਏ ਡੈਂਟਲ ਐਜੂਕੇਸ਼ਨ ਕਰ ਲਈਏ ਫਿਰ ਆਪਾਂ ਉਹਨਾਂ ਡਿਪਾਰਟਮੈਂਟ ਤੋਂ ਵੱਜਾਂਗੇ ਜਿੱਥੇ ਹੁਣ ਲੋਕ ਬੈਠੇ ਆਹ ਕਰ ਰਹੇ ਆ ਸਾਰਾ ਕੁਝ ਇਸ ਆਹ ਜਿਹੜੀਆਂ 20 ਚਿਹਰਾ ਦਿਖਦੀਆਂ ਨਾ ਇਹ ਫਾਊਂਡੇਸ਼ਨ ਬੈਕਬੋਨ ਹੈਗੀ ਹੈ ਡੈਂਟਿਸਟਰੀ ਦੀ ਇਹ ਬੱਚੇ ਜਿਹਨਾਂ ਦੇ ਕਲੀਨ ਕਰ ਰਹੇ ਦੰਦ ਉਹਨਾਂ ਦੰਦਾਂ ਦੀ ਉਮਰ 10 ਸਾਲ ਵੱਧ ਰਹੀ ਹੈ ਮਤਲਬ ਕਿਉਂ ਆਪਾਂ ਲੋਕਾਂ ਨੂੰ ਡੈਂਚਰ ਲਵਾਈਏ ਚੈਨੀ ਵਨ ਡਿਕੇਟ ਹਾਂ ਜੇ ਤੁਸੀਂ ਫਲੋਸਿੰਗ ਕਰਦੇ ਹੋ ਮੈਂ ਗਾਰੰਟੀ ਨਾ ਕਹਿ ਸਕਦਾ ਕਿਉਂਕਿ ਡੈਂਟਿਸਟ ਜਿਹੜਾ ਰੂਟ ਕਨਾਲ ਤੇ ਕਰ ਲੇਗਾ ਪਰ ਜੋ ਦੰਦ ਹਿੱਲ ਗਿਆ ਕੀ ਕਰੇਗਾ ਹੁਣ ਜਿਹੜੀ ਇੱਥੇ ਗੱਲ ਬਣੀ ਹੋਈ ਹੈ ਕਿ 70 ਸਾਲ ਤੇ ਜਾ ਕੇ ਡੈਂਚਰ ਲੱਗਣਾ ਹੀ ਆ ਉਹਨੂੰ ਆਪਾਂ ਕੱਢੀਏ ਆਪਾਂ ਬਜ਼ੁਰਗਾਂ ਦੇ ਜਿਹੜੇ
ਨਹੀਂ ਤੁਹਾਡੇ ਮਾਈ ਬਾਬੇ ਦੇਖੇ ਤੁਹਾਡੇ ਕਲੀਨਿਕ ਦੇ ਵਿੱਚ ਬਿਲਕੁਲ ਮੋਤੀਆਂ ਵਾਂਗੂ ਨੰਦ ਉਹਨਾਂ ਦੇ ਸਾਫ਼ ਸੁਥਰੇ ਸਿਰਫ ਤੇ ਸਿਰਫ ਕਾਰਨ ਹੈਗਾ ਫਲੋਸ ਉਹਨਾਂ ਦੇ ਕਲਚਰ ਹੈਗੇ ਹੁਣ ਆਪਾਂ ਜਿੱਦਾਂ ਫਲੋਸਿੰਗ ਆਪਾਂ ਕਰ ਹੀ ਨਹੀਂ ਸਕਦੇ ਕਿਉਂਕਿ ਆਪਾਂ ਨੋਟ ਤਾਂ ਨਹੀਂ ਸੋਚਦੇ ਓਕੇ ਜੀ ਡਾਕਟਰ ਸਾਹਿਬ ਫਲੋਸਿੰਗ ਦੇ ਬਾਰੇ ਕਹਿ ਰਹੇ ਨੇ ਕਿ ਫਲੋਸਿੰਗ ਬਿਲਕੁਲ ਈਜ਼ੀਲੀ ਅਵੇਲੇਬਲ ਹੈ ਇੱਕ ਧਾਗਾ ਹੁੰਦਾ ਮੈਡੀਕੇਟਡ ਧਾਗਾ ਹੈ ਉਹ ਤੁਹਾਨੂੰ ਮਿਲੇਗਾ ਕਿੱਥੋਂ ਮੈਡੀਕਲ ਸਟੋਰ ਤੋਂ ਉਹਦੀ ਕੀਮਤ ਪਾਕਿਸਤਾਨ 'ਚ 70 ਰੁਪਏ ਤੋਂ ਲੈ ਕੇ 130 ਰੁਪਏ ਦਾ ਜਿਹੜਾ ਕਾਮਨ ਹੈ ਉਹ 250 ਦਾ ਜਿਹੜਾ ਉਹ ਅੱਛਾ ਹੈ ਫਿਰ ਯਾਦ ਕਰ ਲਵੋ ਕਿ ਇੱਕ ਮੈਡੀਕੇਟਡ ਧਾਗਾ ਹੈ ਜਿਹਨੂੰ ਕਿ ਫਲੋਸੀ ਕਿਹਾ ਜਾਂਦਾ ਹੈ ਡਾਕਟਰ ਸਾਹਿਬ ਉਹਦੀ ਫਾਦੀਅਤ ਦੱਸ ਰਹੇ ਨੇ ਕਿ ਆਪਾਂ ਦੰਦਾਂ ਦਾੜਾਂ ਦੇ ਵਿੱਚ ਤੀਲੇ ਮਾਰਨੇ ਆ ਉਹ ਤੀਲੇ ਜਿਹੜੇ ਮਾਰਨੇ ਨੇ ਉਹ ਬਿਲਕੁਲ ਠੀਕ ਨਹੀਂ ਹੈ ਤੁਹਾਡੇ ਜਿਹੜੇ ਗਮਸ ਨੇ ਖਾਸ ਕਰਕੇ ਉਹ ਬਹੁਤ ਡਿਸਟਰਬ ਕਰਦੇ ਨੇ ਵਕਤੀ ਤੌਰ 'ਤੇ ਤੁਹਾਨੂੰ ਰਿਲੀਫ ਮਿਲਦਾ ਹੈ ਲੇਕਿਨ ਪਲੀਜ਼ ਤੁਸੀਂ ਅਗਰ ਫਲੋਸਿੰਗ ਦੇ ਬਾਰੇ ਦੇ ਵਿੱਚ ਮੈਂ ਬਿਲਕੁਲ ਇੱਕ ਵੀਡੀਓ ਬਕਾਇਦਾ ਬਣਾ ਕੇ ਪਾਵਾਂਗਾ ਕਿ ਤੁਸੀਂ ਫਲੋਸਿੰਗ ਕਿੱਦਾਂ ਕਰਨੀ ਹੈ ਠੀਕ ਹੈ ਜੀ ਡਾਕਟਰ ਸਾਹਿਬ ਪਲੀਜ਼ ਕੈਰੀਅਰ ਰਾਈਟ ਜੀ ਕਿਉਂਕਿ ਡੈਂਟਲ ਫਲੋਸ ਜਾਂ ਟੁੱਥਪੇਸਟ ਜਿਹਦੀ ਹੈ ਉਹ ਗਵਰਨਮੈਂਟ ਸਾਨੂੰ ਪ੍ਰੋਵਾਈਡ ਨਹੀਂ ਕਰਦੀ ਉਹ ਲਗਜ਼ਰੀ ਚਾਹੁੰਦੀ ਹੈ ਅਤੇ ਲਿਹਾਜ਼ਾ ਅਸੀਂ ਸਰਕਾਰੀ ਤੌਰ 'ਤੇ ਇਹ ਪ੍ਰੋਵਾਈਡ ਨਹੀਂ ਕਰਦੇ ਹਾਂਜੀ ਅੱਜ ਲੇਕਿਨ ਮਰੀਜ਼ਾਂ ਨੂੰ ਅਸੀਂ ਗਾਈਡ ਜ਼ਰੂਰ ਕਰਦੇ ਹਾਂ ਓਕੇ ਜੀ ਸਰ ਉਹ ਸਾਹਮਣੇ ਪ੍ਰਿੰਸੀਪਲ ਕੀ ਪਿਕਚਰ ਉਹ ਆਪ ਮੈਂ ਕਰਵਾਇਆ ਸਰ ਅੱਛਾ ਪੁਰਾਣੀ ਸਾਰਾ ਫੋਜੀ ਕਰ ਜਬ ਸੇ ਅੱਛਾ ਜੋ ਅਵੇਲੇਬਲ ਥੀ ਜੀ ਜਿਸ ਸੇ ਜੀ ਪਹਿਲਾ ਜੋ ਹਮਾਰਾ ਪ੍ਰਿੰਸੀਪਲ ਸ਼ੁਰੂ ਤੋਂ ਆ ਜੀ ਉਧਰ ਹੀ ਇਸ ਪਾਸੇ ਆ ਜੀ ਇਸ ਪਾਸੇ ਆ ਜੀ ਇਸ ਪਾਸੇ ਆ ਜੀ ਜੀ ਕਾਨਫਰੰਸ ਰੂਮ ਸਾਡਾ ਜੀ ਇਹ ਸਾਡੀ ਜਿਹਦੀ ਅਕੈਡੈਮਿਕ ਕੌਂਸਲ ਹੈ ਉਹਦੀ ਮੀਟਿੰਗਸ ਦੇ ਲਈ ਹੈ ਪ੍ਰਿੰਸੀਪਲ ਦੀ ਚੇਅਰ ਹੈ ਨਾਲ ਦੋ ਪ੍ਰੋਫੈਸਰਸ ਦੀ ਚੇਅਰਸ ਨੇ ਸੀਨੀਅਰ ਪ੍ਰੋਫੈਸਰ ਜਿਹਦੇ ਨੇ ਔਰ ਇਹਦੇ ਵਿੱਚ ਅਸੀਂ ਜਿਹਦੀ ਵੀ ਸਾਲ ਭਰ ਦੀ ਅੰਡਰ ਗ੍ਰੈਜੂਏਟਸ ਅਤੇ ਪੋਸਟ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਟ ਜਿਹਦੇ ਬੱਚੇ ਕਰਦੇ ਨੇ ਉਹਨਾਂ ਦੀ ਟ੍ਰੇਨਿੰਗ ਨੂੰ ਸ਼ਡਿਊਲ ਕਰਦੇ ਹੈ ਔਰ ਹੋਰ ਮੀਟਿੰਗਸ ਕਰਦੇ ਨੇ ਅਪਗ੍ਰੇਡੇਸ਼ਨ ਲਈ ਕਾਲਜ ਦੀ ਜਿਹੜੇ ਬ੍ਰਿਟਿਸ਼ ਸਨ ਉਹਨਾਂ ਦੀ ਕੋਈ ਪਿਕਚਰ ਇਹ ਮਾਰਸ਼ਲ ਡੇ ਜਿਹਦਾ ਜੀ ਇਹ ਪਹਿਲੇ ਜਿਹਦੇ ਮਾਰਸ਼ਲ ਹਾਂ ਭਾਜੀ ਇਹ ਪੁਰਾਣਾ ਬਣ ਗਿਆ ਸਰ ਅੱਗੇ ਆਜੋ ਜ਼ਰਾ ਕਲੋਜ਼ ਕਰਕੇ ਆਪਾਂ ਦੱਸ ਦਈਏ ਕਿ ਆਪਣੇ ਏਸ਼ੀਆ ਦਾ ਜਿਹੜਾ ਪਹਿਲਾ ਡੈਂਟਲ ਕਾਲਜ ਹੈ ਜੀ ਹਾਂ ਜੀ ਥੋੜੀ ਪੁਰਾਣੀ ਸੀ ਤੇ ਰਿਪੇਅਰ ਲਈ ਗਈ ਹੋਏਗੀ ਹਾਂਜੀ ਰਾਈਟ ਜੀ ਇਹ ਸਾਰੇ ਥਰੂ ਆਊਟ ਜਿਹਦੇ ਨੇ ਤੁਹਾਡੇ ਪ੍ਰਿੰਸੀਪਲ ਰਹੇ ਨੇ ਐਟ ਡਿਫਰੈਂਟ ਲੈਵਲ ਸਾਡੇ ਕਰੰਟ ਪ੍ਰਿੰਸੀਪਲ ਨੇ ਜੀ ਜਿਹਦੇ ਥੋੜੀ ਦੇਰ ਤੱਕ ਸ਼ਾਇਦ ਮੀਟਿੰਗ 'ਚ ਹੋਣਗੇ ਆ ਜਾਣਗੇ ਹੈਂਜੀ ਪ੍ਰੋਫੈਸਰ ਬੇਦ ਸਾਹਿਬ ਬਹੁਤ ਖੂਬਸੂਰਤ ਹੈ ਬਹੁਤ ਇਹ ਤੁਸੀਂ ਜਿਹੜਾ ਪਿਕਟੋਰੀਅਲ ਕੀਤਾ ਹੈ ਬਹੁਤ ਵਧੀਆ ਕੀਤਾ ਹੈ ਤਾਂ ਕਿ ਆਉਣ ਵਾਲੀ ਜਨਰੇਸ਼ਨਸ ਨੂੰ ਪਤਾ ਲੱਗੇ ਕਿ ਕਿਹੜੇ ਲੋਕ ਸਰਵ ਕਰਕੇ ਗਏ ਨੇ ਔਰ ਜਿਨ੍ਹਾਂ ਦੀ ਵਜ੍ਹਾ ਨਾਲ ਇਹ ਡੈਂਟਿਸਟ ਇੱਥੇ ਤੱਕ ਪਹੁੰਚੀ ਹੋਈ ਹੈ ਅਸੀਂ ਹੁਣ ਥੋੜੀ ਦੇਰ ਲਈ ਲਾਇਬ੍ਰੇਰੀ ਜਾਣਾ ਚਾਹ ਰਹੇ ਹਾਂ ਕਿਉਂਕਿ ਤੁਸੀਂ ਇੱਕ ਬੁੱਕ ਵੀ ਡੋਨੇਟ ਕਰਨੀ ਹੈ ਹੈਂਜੀ ਹਾਂਜੀ ਇਹ ਉਹਦੇ ਦੋ ਯੂਨਿਟਸ ਲੱਗੇ ਨੇ ਉਸੇ ਹਿੱਸੇ ਕੰਸਲਟੈਂਟ ਦੀ ਕਲੀਨਿਕ ਦਾ ਹੈ ਰਾਈਟ ਜੀ ਇਹ ਸਾਡਾ ਜਿਹਦਾ ਥਰਡ ਫਲੋਰ ਹੈ ਜੀ ਇੱਥੇ ਸਾਡੀ ਲਾਇਬ੍ਰੇਰੀ ਹੈ ਜੀ ਔਰ ਇੱਕ ਲੈਕਚਰ ਰੂਮ ਹੈ ਜੀ ਇਹ ਇੱਕ ਲੈਕਚਰ ਰੂਮ ਇਹ ਤੁਹਾਨੂੰ ਦਿਖਾ ਦਿੰਦੇ ਜੀ ਇਹ ਜੂਨੀਅਰ ਕਲਾਸਿਸ ਦੇ ਲਈ ਲੈਕਚਰ ਰੂਮ ਹੈ ਜੀ ਇਹ ਠੀਕ ਹੈ ਜ਼ਰਾ ਮਾਰ ਦਿਓ ਜੀ ਇਹ ਚੇਅਰ ਦਾ ਲਗਾ ਦਿਓ ਬਸ ਇਸ ਤਰ੍ਹਾਂ ਬਸ ਥੋੜ੍ਹੀ ਜਿਹੀ ਹੈਂਜੀ ਇਹ ਇਹ ਜੂਨੀਅਰ ਕਲਾਸਿਸ ਲਈ ਇਹ ਕਲਾਸ 1 ਟੂ ਹਾਂਜੀ ਇਹ ਪੁਰਾਣਾ ਜੀ ਹਾਂਜੀ ਅਸੀਂ ਨੀਚੇ ਜਾ ਕੇ ਲੱਗ ਰਿਹਾ ਜਿਵੇਂ ਚਰਚ ਦੇ ਵਿੱਚ ਰੈਸਟੋਰੇਟਿਵ ਵਰਕ ਹੈ ਤੇ ਸਾਰਾ ਉਹੀ ਹੈ ਹਾਂਜੀ ਲੋ ਜੀ ਥੈਂਕ ਯੂ ਔਰ ਲੋ ਸਰ ਇਹ ਸਾਡੀ ਇਹ ਲਾਇਬ੍ਰੇਰੀ ਹੈ ਜੀ ਸਾਡੀ ਹਾਂਜੀ ਇੱਥੇ ਜੀ ਹਾਂ ਕਿਉਂਕਿ ਅੱਜ ਕੱਲ੍ਹ ਸਾਡੇ ਐਗਜ਼ਾਮੀਨੇਸ਼ਨ ਸੀਜ਼ਨ ਚੱਲ ਰਿਹਾ ਔਰ ਲੋਕ ਘਰਾਂ ਛੁੱਟੀਆਂ 'ਤੇ ਗਏ ਹੋਏ ਨੇ ਐਗਜ਼ਾਮ ਹੋ ਰਹੇ ਨੇ ਪੜ੍ਹਾਈ ਮਤਲਬ ਜਿਹਨੂੰ ਕਹੀਦਾ ਨਾ ਪ੍ਰੈਪਰੇਟਰੀ ਲੀਵ 'ਤੇ ਗਏ ਹੋਏ ਨੇ ਅਤੇ ਲਿਹਾਜ਼ਾ ਲਾਇਬ੍ਰੇਰੀ 'ਚ ਤੁਹਾਨੂੰ ਬੱਚੇ ਨਹੀਂ ਮਿਲਣਗੇ ਵਰਨਾ ਇੱਥੇ ਬੇਬਾਹਰ ਰਸ਼ ਹੁੰਦਾ ਸਾਡਾ ਵਰਕਿੰਗ ਡੇਜ਼ ਠੀਕ ਹੈ ਹੁਣ ਸਾਡੀ ਥਰਡ ਈਅਰ ਦੇ ਐਗਜ਼ਾਮ ਚੱਲ ਰਹੇ ਨੇ ਇਸ ਵੇਲੇ ਵਾਈਵੇ ਹੋ ਰਹੇ ਨੇ ਅਤੇ ਫਾਈਨਲ ਈਅਰ ਦੇ ਹੋਰ 15-20 ਦਿਨਾਂ ਦੇ ਵਿੱਚ ਐਗਜ਼ਾਮ ਨੇ ਬੜੇ ਪੁਰਾਣੇ ਬੁੱਕਸ ਵੀ ਨੇ ਔਰ ਤੁਹਾਡਾ ਤਾਂ ਬੜਾ ਉਹ ਹੋਏਗਾ ਪੈਸ਼ਨ ਹੋਏਗਾ ਕਿੱਧਰ ਹੈ ਭਤੀਜਾ ਕਿੱਧਰ ਹੈ ਭਤੀਜਾ
شاہ کی درخت کی جا کی درخت اچھا 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 شاہ صاحب یہ ڈونیشن دے رہے ہیں سردار صاحب نے ایک سر تسی اپنے دو لفظ لکھ دو اے لے لو ڈینٹل کالج دی لائبریری رکھنے جا رہے ہیں یہ ایک اتہاس بن گیا جی ایک تواریخ بن رہی ہے کہ ڈاکٹر صاحب اپنے پیشے نال ریلیٹڈ جڑی لائبریری ہے وہ فرسٹ ٹائم آئی تھنک ان ایور ہسٹری کہ کوئی ڈینٹسٹ جڑا وا ہسٹورین بھی ہوئے گا سیم ٹائم اور کتنے رکھن گے جتنے لوگ دنداں دی سرجری دے بارے چ یا انہاں دی ٹریٹمنٹ بارے پڑھن گے نال دی نال ہسٹری بھی پڑھن گے باقی تسی سمجھ لیو اپنے پیشے نو کیونکہ جدو اے ہوندے ساڈی وی کال جڑی ہے اور ٹائم وی اپوزٹ ہے نہیں جی نہیں ہو تے انڈر سٹوڈنٹ بائے تے ٹائم دو دو تین تین مہینے بعد لوکاں نے لیا ہوندا ہے تے او تے تسی بہت شکریہ جی لو جی بک جڑی ہے ایٹ لیسٹ جاری ہے یہ دنداں دے ڈاکٹر بھی پڑھ گئے ہسٹری جڑی ہے ایک یادگار بن گئی جی تہاڈے لیے اچھا جی ہن اسی کیونکہ ٹائم بھی تھوڑے کو تھوڑا ہے تے اسی ایک ڈپارٹمنٹ ہو رہے بریسز والی آرتھوڈونٹکس جنوں سے کہی دے جتھے ٹیڑے میڑے دند سیدھے ہوندے نے اور وہ بعد ساڈے کول بھی آندے نے میگزوفیشل سرجری لیٹر آن ٹو پرفارم سرجریز فار دیئر استھیٹک ریزنز ہاں جی اس ڈپارٹمنٹ چ اسی جا رہے ہیں اتحاسک مسجد ہے جہاں بارے ہسٹری کی بکس بچپن تو پڑھتے ہیں لاہور کی بادشاہی ماسک جی بالکل سامنے حضوری باغ وہ سامنے بالکل لاہور فورٹ لاہور فورٹ سامنے کھبے ہاتھوں کے گرودوارا ڈیرے صاحب مہاراجا رنجیت سنگھ کی مڑی آپ اس اتہاسک جگہ سے کھڑے ہیں آپ ہے ڈینٹل کالج چ ہیں پر دیکھو اتنے بچوں کو کتنا زبردست ہسٹورک ویو ملتا ہے اس لوکیشن تے ہے جڑا شہر دا بہت پرانا ہے شاہی علاقہ شاہی محلہ نال بالکل فوڈ سٹریٹ ہے اس ایریے دے وچ یہ کالج لوکیٹڈ ہے اور پاکستان دا فاؤنڈیشن سٹون مینار پاکستان مینار پاکستان بالکل سامنے ہے علامہ اقبال صاحب دی جگہ ہے بالکل بالکل نیڑے ہے سو اس ایریے دے وچ انی کی تواریخ ہے کہ ایک ایک انچ تے کچھ نہ کچھ لاہور جڑا شہر ہے وہ اپنی داستان بیان کر رہا ہے اور وچکار ہے انہاں لوکاں نے دند ٹھیک کر رہے ہیں سو سلام ہے جی بہت بہت شکریہ جی اسی جی ساڈے کالج دے وچ پاکستان میڈیکل اینڈ ڈینٹل کونسلز اینڈ ایز ویل ایز اینی ویئر آف دی ورلڈ ڈینٹل کونسل جڑے نے انہاں دے پیرامیٹرز دے اتنے ساڈے ساریاں ڈپارٹمنٹس موجود نے اتنے اور اسی مطلب کوئی بھی ڈپارٹمنٹ ایسی نہیں ہے جیریٹرک ڈینٹسٹری اور امپلانٹالوجی ہر ڈپارٹمنٹ اتنے موجود ہے ہاں جی ہاں جی یہ اچھا جی یہ ساڈا جدا جو تھوڑا ورس کیتی ہے کہ ٹیڑے میڑے دنداں نوں سیدھے کرن دا ڈپارٹمنٹ ہے او بلا کے لاؤ ذرا ڈاکٹر ارفان صاحب ہے رائٹ جی وہ ڈاکٹر ہمارے جی آج ڈاکٹر صدف ہیں ہمارے جی ڈاکٹر الیاس ایسوسیٹ پروفیسر ہیں جی یہاں پہ ہمارے ہاں جی سوری تم ڈسٹرب کیتا کم کر جس ون ٹیک اونلی 2 منٹس ہاں جی تے اس ڈپارٹمنٹ چ تہانوں صرف موسٹلی جوان بندے ملن گے تے بچیاں ملن گیاں کیونکہ اے کام انہاں دی ریکوائرمنٹ ہے ٹیڑے میڑے ٹیڑے میڑے دند سیدھے کرنے ہاں
अनफॉर्चुनेटली जो दंदा का साइज उ जिद वजह इन्होंने अकोमोडेशन जी और डाइट थोड़ा पैटर्न ऐसा है जो चेंज हो गया जिम्मे इन्होंने गन्निया की गल कहते हैं कि बत्ती तो बत्ती रहना था, मतलब फिर अचीव करते रहना कुछ ना कुछ वो हूँ बत्ती तो साढ़े भी नहीं है तो उन्होंने किमें रह सकते हैं। हाँ जी हाँ जी हाँ जी हाँ जी आ जी तो राइट जी एदा दूसरा पोर्शन है जी सेम डिपार्टमेंट है कुछ यूनिट्स एस रूम च ने कुछ रूम उस दे विच हां इन योर ऑफिस आई हैव सीन इन अ फ्री मंथ जी ये उन्होंने हमारी हॉस्पिटल्स हैं जी एचओडी वगैरह हैं हमारे बैठे एक्चुअली नोट वर्क नाल रिलेटेड जेड़े बच्चों का स्टाइल है ना कम तुसी देखो उते वो प्रोफेशनल है बहुत ए सीलिंग देखो सीलिंग पे जरा व्यू करो थोड़ा जा और एसी लगी हुई है हर चीज दे दिए प्रॉपर सब कैसे ये डॉक्टर स्मिना गाजन हैं हमारे डॉक्टर स्टूडेंट सर्जन हैं मैं बाबा जी यही कहना चाहना कि यह जो डिपार्टमेंट है ऑर्थोडोंटिक्स डिपार्टमेंट है ये इस वे जो आप देख रहे हैं कि मो स्टेट ऑफ द आर्ट है जिदा बच्चे काम कर रहे हैं मैं पिछले देखे बॉन्डिंग कर रहे थे बिल्कुल चीक रिट्रैक्टर वगैरह बच्चे यूज़ कर रहे थे ताकि उत्थे जी है आइसोलेशन रहे सलाइवा जो कंटेमीनेट ना हो क्योंकि इतने कॉलेज कभी भी असिस्टेंट अवेलेबल नहीं होंगे सो डेंटल स्टूडेंट्स जो है बच्चे है उन्होंने खुद ही अपने करना पड़ता है वह तरीका होंगे कि नैक्सट लैवल के बजाय कि सक्शन करिए चीफ डायरेक्टर प्रॉपर यूज़ करो मैं पिछले देख के आया सो इट कांट बी एनी बैटर और दूजी सब तो वड्डी गल हैगी है कि ये गवर्नमेंट प्लेस हैगी है इट्स नॉट ए प्राइवेट डेंटल स्कूल आप होर कई जगह तो मैं जाना रहना शो कर देना इट्स वेरी डिफरेंट प्राइवेट इंस्टीट्यूट्स की जी फंडिंग हैगी है और जो जो स्टाइल देखो जो बच्चे इतों ग्रेजुएट हो गए वो कल अपनी बेसिक ऑर्थोडोंटिक फंक्शनिंग जी कर सकते हैं आराम जिन्ना कि इतने मैं पिछले कुछ मिनटों से मैं पता लगा क्योंकि जो तुम फाउंडेशन एक बार बन गई दैन यू कैन टेक द ऑर्थोडोंटिक्स टू द नैक्सट लैवल मैं तुम्हें ये थोड़ा जहा ऐड कर दिया कि 1000 रुपये के जिड्डा मर्जी कॉम्प्लीकेटेड ब्रेसिस का पेशेंट हो ढाई तीन साल तक ढाई तीन साल तक जो इलाज इतने होंगे और उही 1000 रुपए दे विच उन दोबारा कुछ हो मैंने हुण थोड़ी जी गल ऐड करनी पड़नी क्योंकि हर जगह पैसे की गल हो रही है मेरे नहीं तो अमरीका च पेशेंट ने कहना भी असं लुटते हैं उत्थे लोगों को मैं उत्थे ऐड कर दूँ कि उत्थे साडे खर्चे भी इन्ने ज्यादा ने सानू उत्थे आले दुआले लायबिलिटीज इन्नी आउंदी ने इस करके सरकारी है सो इट्स गवर्नमेंट फंडेड सो प्लीज कल आके मेरे ऑफिस मैं वीडियो ना लैके आ जाओ मेरे दफ्तर से बट एनीवेज पब्लिक सर्विस है जिन्हें बच्चों के एक्चुअली अपने अपनी कम्यूनिटी विह शादी वेले दंद सीधे करने की बहुत लड़ पैंती है अक्सर पेरेंट्स उदो बच्चे लैके आए जे मैं कुछ एक शब्द कह सकता कि जी ऑर्थोडोंटिक्स हैगी है प्लीज़ परमानेंट दंद निकलन की वेट ना करो कुछ बेबी टीथ जो तुहाडे कोल होण उस वेले भी कुछ ना कुछ एक्सपेंशन ऑर्थोडोंटिस्ट कर सकते हैं सो अक्सर धारणा यह बनी हुई है कि हाले दुध वाले दंद गिरे नहीं है आप फिर जे तुसीं पहला अच्छा हो सकता है कि ऑर्थोडोंटिस्ट कहे कि नहीं करना पर घट्टो घट चैक उदों करवा लो जो तुहाडे बच्चे की एज 8 to 10 साल के हैगी है वो तुहाडी एक्सपेंशन उस वेले कर सकते हैं परमानेंट दंद निकल तो बच सकते हैं जे ऑर्थोडोंटिस्ट कहे कि नहीं लोड़ फिर ना करो पर जे तुहाडे किसी चाचे मामे फूफी ने कहा कि नहीं नहीं हाले बेबी टीथ गिर लैण दो दैट इज़ रोंग प्लीज़ विजिट द ऑर्थोडोंटिस्ट बिफोर द बेबी टीथ फॉल डोंट वेट फॉर इट ऑर्थोडोंटिस्ट तुहानू लिख के दे देगा कि हाँ जी तुसी वेट कर लो हाले दुध हैगे दुध वाले दंद हैगे फिर ठीक है पर अपनी सलाह अपने आप ना लो किसी नूं सुन के कि हाले दुध वाले दंद सीधे करांगे मुड़ के परमानेंट ऑर्थोडोंटिस्ट नोज़ इट ऑलरेडी जां जिहड़े डेंटिस्ट करदे आ वो दुध वाले दंदां नूं भी रख के कुछ एक्सपेंशन कर सकते हैं जिन्हें बहुत अननेसैसरी 4 bicuspid एक्सट्रैक्शन बचाई जा सकदियां जिहड़ियां हुण जदों बच्चा 14-15 साल की एज साडे कोल आउंदा क्राउडिंग हैगी है साढ़े लिए सौखा है असं दंद कढ़ने ही है और सानू पता है कि असं कढ़ना नहीं नहीं चाहते वो दंद स्ट्रोंग है जिदा मैं पहले रस्ते पुछी कि लोग हर वे दंद क्यों कटा चाहते नहीं उस चक्कर फिर और कोई कैविटी भी नहीं सूँ भी दुख लगता है हम पहले जो पहला पहली चेयर हैगी उ डॉक्टर साहब पिक्चर लै रहे फोटोग्राफी लै रहे उस वे एवेल्यूएशन यही कर रहे हैं उस 90% रोल यही है कि इस इंसान के दंद कढ़ने चार कि नहीं कढ़ने बचाने चाहिए और उन्होंने भी तकलीफ होंगी है प्रिस्क्रिप्शन लिखते हैं एक्सट्रैक्शन 4 पर इस चीज़ को बचाया जा सकता है जी
ਕਈ ਕੇਸਿਸ 70-80% ਜੇ ਬੱਚੇ ਦੀ ਆਪਾਂ ਐਕਸਪੈਂਸ਼ਨ ਟਾਈਮ ਤੇ ਕਰ ਲਈਏ ਕਰ ਲਈ ਹੁੰਦੀ ਜਿਹੜੀ ਕਿ ਦੁੱਧ ਵਾਲੇ ਦੰਦ ਡਿੱਗਣ ਤੋਂ ਪਹਿਲਾਂ ਕੀਤੀ ਜਾ ਸੋ ਮਾਈ ਵਰਡ ਆਫ ਐਡਵਾਈਸ ਜੇ ਕਿਸੇ ਨੇ ਬ੍ਰੇਸਿਸ ਲੱਗਦਾ ਕਿ ਬੱਚੇ ਦੇ ਦੰਦ ਟੇਢੇ ਮੇਢੇ ਹੈਗੇ ਔਰ ਦੁੱਧ ਵਾਲੇ ਦੰਦ ਵੀ ਹੈਗੇ ਆ ਪਲੀਜ਼ ਡੋਂਟ ਵੇਟ ਵਿਜ਼ਿਟ ਯੂਰ ਆਰਥੋਡੋਂਟਿਸਟ ਗੈਟ ਇਟ ਐਵੈਲੂਏਟਡ ਸ਼ਾਇਦ ਉਸ ਵੇਲੇ ਕੁਝ ਮਾਈਨਰ ਐਕਸਪੈਂਡਰ ਦੇ ਅੰਦਰ ਲਾ ਦੇਣ ਜਿਹਦੇ ਨਾਲ ਫਿਊਚਰ 'ਚ ਤੁਹਾਡੇ ਦੰਦ ਕੱਢਣੋਂ ਇਹ ਨਹੀਂ ਕਿ ਤੁਹਾਡੀ ਬ੍ਰੇਸਿਸ ਬਚ ਜਾਣਗੇ ਬ੍ਰੇਸਿਸ ਤੁਹਾਨੂੰ ਫਿਰ ਵੀ ਕਰਨੀਆਂ ਪੈਣਗੀਆਂ ਪਰ ਉਹਦਾ ਟਾਈਮ ਥੋੜ੍ਹਾ ਹੋਏਗਾ ਟਾਈਮ ਬਹੁਤ ਸੌਖਾ ਹੋਏਗਾ ਤੁਹਾਡੇ ਲਈ ਥੈਂਕ ਯੂ ਇੱਕ ਚੀਜ਼ ਹੋਰ ਹੈ ਕਿ ਤੁਸੀਂ ਇੰਨਾ ਕੁਝ ਦੱਸੀ ਜਾ ਰਹੇ ਹੋ ਹੁਣ ਬੱਚਿਆਂ 'ਚ ਕਰੇਜ਼ ਵੱਧ ਜਾਣਾ ਹੈ ਕਿਉਂਕਿ ਆਪਣੇ ਜਿੰਨੇ ਵੀ ਵਿਊਵਰ ਨੇ 24 ਸਾਲ ਤੋਂ ਲੈ ਕੇ 34 ਸਾਲ ਦੇ ਨੇ ਔਰ ਇਹੀ ਜਿਹੜੀ ਏਜ ਹੈ ਉਹ ਬਹੁਤ ਜ਼ਿਆਦਾ ਲੋਕਾਂ ਦੇ ਸਿੱਖਣ ਦੀ ਹੁੰਦੀ ਹੈ ਸੋ ਪਲੀਜ਼ ਤੁਸੀਂ ਅੱਗੇ ਗਾਈਡ ਕਰਨਾ ਅਸੀਂ ਐਮ ਐਸ ਸਾਹਿਬ ਨੂੰ ਰਿਕੁਐਸਟ ਕਰਾਂਗੇ ਇਹਨਾਂ ਦੇ ਆਫਿਸ ਦੇ 'ਚ ਕਿ ਬੱਚਿਆਂ ਨੂੰ ਗਾਈਡ ਕਰੋ ਕਿ ਹਾਊ ਟੂ ਪ੍ਰੀਪੇਅਰ ਦੈਮਸੈਲਫ ਫੋਰ ਡੈਂਟਿਸੀ ਕਿੱਦਾਂ ਆਪਣੇ ਲਾਸਟ ਵਾਲਾ ਮੈਜਿਕ ਦਿਖਾ ਦੇ ਤਾਂ ਕਿ ਪੂਰਾ ਡਿਪਾਰਟਮੈਂਟ ਹੋ ਜਾਏ ਨਾ ਇਹ ਸਰ ਲਾਸਟ ਰੂਮ ਵੀ ਦੇਖ ਲੈਣਾ ਜ਼ਰਾ ਪ੍ਰੋਫੈਸਰ ਕਿੱਥੇ ਨੇ ਪ੍ਰੋਫੈਸਰ ਇਰਫਾਨ ਸਾਹਿਬ ਨੇ ਜੀ ਸਾਡੇ ਪ੍ਰੋਫੈਸਰ ਨੇ ਇਸ ਸ਼ੋਬੇ ਦੇ ਸਭ ਤੋਂ ਵੱਡੀ ਗੱਲ ਕਿ ਜਿਸ ਤਰ੍ਹਾਂ ਮੈਨੂੰ ਇਹ ਦਿਖਾ ਰਿਹਾ ਕਾਲਜ ਮੈਂ ਸੋਚਿਆ ਸੀ ਕਿ ਮੈਂ ਜਾ ਕੇ ਮੈਂ ਗੇੜਾ ਕੱਢ ਕੇ ਆ ਜਾਵਾਂਗਾ ਬਟ ਦ ਵੇ ਦੇ ਆਰ ਗਿਵਿੰਗ ਮੀ ਪ੍ਰੋਟੋਕਾਲ ਆਈ ਐਮ ਸੋ ਥੈਂਕਫੁਲ ਇਹ ਗੇੜੇ ਕਢਾਈ ਜਾ ਰਹੇ ਨੇ ਗੇੜੇ ਕੁਛ ਇੰਨਾ ਗੇੜਾ ਇੰਨਾ ਵਧੀਆ ਕਰਾ ਰਿਹਾ ਕਿ ਮੇਰਾ ਜੀ ਕਰਦਾ ਅਗਲੀ ਵਾਰੀ ਆ ਕੇ ਮੈਂ ਇੱਥੇ ਕੁਛ ਕੰਮ ਕਰਕੇ ਜਾਵਾਂ ਮੇਰਾ ਹੁਣ ਜੀ ਕਰ ਮੈਂ ਗਲਵਸ ਪਾ ਲਵਾਂ ਮੋਸਟ ਵੈਲਕਮ ਪੇਸ਼ੈਂਟ ਨੂੰ ਕੁਛ ਕਰਾਂ ਮਤਲਬ ਦੈਟਸ ਕਿਉਂਕਿ ਆਪਣਾ ਪ੍ਰੋਫੈਸ਼ਨ ਤੇ ਉਹੀ ਹੈ ਨਾ ਜੀ ਤੇ ਉਹੀ ਕਰਨ ਨੂੰ ਕੰਮ ਕਰਨ ਨੂੰ ਪੜਦਾ ਥੈਂਕ ਯੂ ਸੋ ਮਚ ਸਰ ਥੈਂਕ ਯੂ